ਆਪਾਂ 5 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਸਾਈਲੇਜ ਦਾ। ਇਸ ਸਾਲ ਜਿਵੇਂ ਹੜ੍ਹ ਪੀੜ ਤਾਂ ਵਿਚਾਰੇ ਬਹੁਤ ਜ਼ਿਆਦਾ ਸੀਗੇ ਜੀ, ਅਸੀਂ ਸੇਵਾ ਵੀ ਬਹੁਤ ਕੀਤੀ ਆ ਅਤੇ ਰੇਟ ਵੀ ਬੜਾ ਘਟਾ ਕੇ ਅਸੀਂ ਦਿੱਤਾ ਸਾਈਲੇਜ ਦਾ, ਕਿ ਚਲੋ ਇਹ ਚੀਜ਼ ਪਰਮਾਤਮਾ ਕਿਸੇ 'ਤੇ ਇਹ ਦਿਨ ਲਿਆਵੇ ਨਾ ਜੀ। ਉਹਨਾਂ ਨੂੰ ਅੱਜ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੱਲੇ ਦਾਣੇ ਵੀ ਨਹੀਂ ਰਹੇ ਜੀ। ਅਤੇ ਅਸੀਂ ਸਾਰਾ ਜਿਵੇਂ ਐਸ ਜੀ ਪੀ ਸੀ ਨੂੰ ਜੀ ਅਤੇ ਤਕਰੀਬਨ ਖਾਲਸਾ ਏਡਸ ਨੂੰ ਆਪਣੇ ਇੱਥੋਂ ਗਿਆ ਜੀ ਵਿਚਾਰ। ਜਦੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਐਮਫਸਾਈਜ਼ ਕਰ ਰਹੀ ਆ ਕਿ ਸਾਡਾ ਪਾਣੀ ਨੀਚੇ ਜਾ ਰਿਹਾ ਔਰ ਫਸਲੀ ਚੱਕਰ ਜਿਹੜਾ ਬਦਲਿਆ ਜਾਵੇ, ਉਹ ਜਿਹਦੇ ਵਿੱਚ ਜਿੱਦਾਂ ਤੁਸੀਂ ਆਲੂ ਅਤੇ ਮੱਕੀ ਦੇ ਨਾਲ ਅਟੈਚ ਕਰਕੇ ਇਹ ਸਾਈਲੇਜ ਦਾ ਪਲਾਂਟ ਅੱਜ ਤੋਂ 5 ਸਾਲ ਪਹਿਲਾਂ ਖੋਲ੍ਹਿਆ ਔਰ ਜਿਹੜਾ ਕਿ ਇੱਕ ਰਾਮ ਬੂਟੀ ਜਿਵੇਂ ਕਹਿ ਸਕਦੇ ਹੈਗੇ ਹਾਂ ਬਣੀ ਆ, ਉਹਨਾਂ ਸਮੇਂ ਦੇ ਵਿੱਚ ਜਦੋਂ ਫਲੱਡ ਆਏ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਇਸ ਚਾਰੇ ਦੇ ਨਾਲ ਆਪਣੇ ਪਸ਼ੂਆਂ ਨੂੰ ਔਰ ਆਪਣੀ ਨਿਰਭਾਅ ਜਿਹੜਾ ਹੈਗਾ ਇਹਦੇ ਨਾਲ ਕਰਿਆ ਹੈਗਾ, ਕੀ ਕਹਿਣਾ ਚਾਹੋਗੇ ਕਿ ਇਹ ਬੂਟਾ ਲੱਗਿਆ ਔਰ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ, ਕਿਵੇਂ ਸਟਾਰਟਿੰਗ ਕੀਤੀ ਵੀਰ ਜੀ ਔਰ ਕਿਵੇਂ ਅੱਜ ਇਸ ਬ੍ਰਾਂਡ ਬਣ ਚੁੱਕੇ ਹੋ ਕਿ ਬੈਠੇ ਆਪਾਂ ਹੈਗੇ ਹਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਪਰ ਆਪਾਂ ਗੱਲ ਕਰ ਲਈਏ ਇੰਡੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤਾਂ ਇੱਥੋਂ ਜਿਹੜਾ ਸਾਈਲੇਜ ਜਾ ਰਿਹਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਬੀਰ ਸਿੰਘ ਹੈ ਜੀ, ਮੈਂ ਓਨਰ ਹਾਂ ਜੀ ਹੁੰਦਲ ਪਟੈਟੋ ਐਂਡ ਸਾਈਲੇਜ ਕੰਪਨੀ ਦਾ ਜੀ। ਆਪਾਂ 5 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਸਾਈਲੇਜ ਦਾ। ਇਸ ਸਾਲ ਜਿਵੇਂ ਹੜ੍ਹ ਪੀੜ ਤਾਂ ਵਿਚਾਰੇ ਬਹੁਤ ਜ਼ਿਆਦਾ ਸੀਗੇ ਜੀ, ਅਸੀਂ ਸੇਵਾ ਵੀ ਬਹੁਤ ਕੀਤੀ ਆ ਅਤੇ ਰੇਟ ਵੀ ਬੜਾ ਘਟਾ ਕੇ ਅਸੀਂ ਦਿੱਤਾ ਸਾਈਲੇਜ ਦਾ, ਕਿ ਚਲੋ ਇਹ ਚੀਜ਼ ਪਰਮਾਤਮਾ ਕਿਸੇ 'ਤੇ ਇਹ ਦਿਨ ਲਿਆਵੇ ਨਾ ਜੀ। ਉਹਨਾਂ ਨੂੰ ਅੱਜ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੱਲੇ ਦਾਣੇ ਵੀ ਨਹੀਂ ਰਹੇ ਜੀ। ਅਤੇ ਅਸੀਂ ਸਾਰਾ ਜਿਵੇਂ ਐਸ ਜੀ ਪੀ ਸੀ ਨੂੰ ਜੀ ਅਤੇ ਤਕਰੀਬਨ ਖਾਲਸਾ ਏਡਸ ਨੂੰ ਆਪਣੇ ਇੱਥੋਂ ਗਿਆ ਜੀ ਵਿਚਾਰ। ਅਤੇ ਕੁਆਲਿਟੀ ਆਪਣੀ ਇੱਕ ਨੰਬਰ ਹੁੰਦੀ ਹੈ ਜੀ। ਆਪਾਂ ਨਾਲ ਆਲੂ ਦੀ ਖੇਤੀ ਕਰਦੇ ਹਾਂ ਜੀ 250 ਏਕੜ ਦੀ, ਉਹਦੇ ਵਿੱਚ ਹੀ ਆਪਾਂ ਮੱਕੀ ਉਗਾਉਂਦੇ ਹਾਂ ਜੀ। ਮੱਕੀ ਤੋਂ ਉਦੋਂ ਬਾਅਦ ਸਾਈਲੇਜ ਬਣਦਾ ਜੀ, ਆਲੂ ਵਾਲੀ ਮੱਕੀ ਹੁੰਦੀ ਹੈ ਜੀ, ਕੋਈ ਕਣਕ ਵਾਲੀ ਮੱਕੀ ਨਹੀਂ ਜੀ। ਇਹਦੇ 'ਚ ਸਟਾਰਚ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਆ ਔਰ ਪਸ਼ੂ ਖਾਂਦੇ ਵੀ ਚਾਹ ਕੇ ਔਰ ਉਹਦੇ 'ਚ ਕੰਟੀ ਜਿਹੜੇ ਕੰਸਟੀਚਿਊਟਸ ਹੈਗੇ ਆ ਹਰ ਚੀਜ਼ ਦੇ ਜ਼ਿਆਦਾ। ਹਾਂਜੀ ਵੀਰ ਜੀ, ਜਿਹੜਾ ਆਲੂ ਵਾਲੀ ਮੱਕੀ ਹੈ ਇਹ 'ਚ ਮੋਇਸਚਰ ਦਾ ਵੀ ਨਹੀਂ ਕੋਈ ਸਮੱਸਿਆ ਜੀ, ਜਿਹੜੀ ਕਣਕ ਵਾਲੀ ਮੱਕੀ ਆ ਉਹਦੇ 'ਚ ਮੋਇਸਚਰ ਦੀ ਸਮੱਸਿਆ ਬਹੁਤ ਆਉਂਦੀ ਹੈ ਜੀ। ਫਿਰ ਆਪਣੇ ਕੋਲ ਜਿਹੜੀ ਆ ਬੇਲ ਆ ਉਹ 1 70 ਕੇਜੀ ਵਾਲੀ ਹੈ ਜੀ, 1 ਕੁਇੰਟਲ ਵਾਲੀ ਹੈ, ਕਿ ਜੇ ਕਿਸੇ ਨੂੰ ਕੁਇੰਟਲ ਵਾਲੀ ਚਾਹੀਦੀ ਹੈ ਕੁਇੰਟਲ ਵਾਲੀ ਲੈ ਜਾਂਦਾ ਜੀ, ਜੇ ਕਿਸੇ ਨੂੰ 70 ਕਿਲੋ ਵਾਲੀ ਚਾਹੀਦੀ ਹੈ 70 ਕੇਜੀ ਵਾਲੀ ਲੈ ਜਾਂਦਾ ਜੀ। ਅਤੇ ਬਾਕੀ ਇਹ ਚੀਜ਼ ਜਿਹੜੀ ਚੀਜ਼ ਹੈ ਜੀ ਸਭ ਤੋਂ ਜ਼ਿਆਦਾ ਵਧੀਆ ਜੀ ਪਸ਼ੂ ਨੂੰ, ਇਹਦੇ ਨਾਲ ਦਾਣਾ ਵੀ ਘੱਟ ਜਾਣਾ ਜੀ, ਪੱਠਿਆਂ ਦੀ ਵਢਾਈ ਨਹੀਂ ਪੈਣੀ, ਬਿਜਾਈ ਨਹੀਂ ਪੈਣੀ ਜੀ। ਇਹ ਸਭ ਤੋਂ ਵਧੀਆ, ਇੱਕ 12 ਮਹੀਨੇ 30 ਦਿਨ ਇੱਕੋ ਜਿਹਾ ਹੀ ਰਹਿੰਦਾ ਜੀ, ਕੋਈ ਇਹ ਨਹੀਂ ਵੇਖਣ ਦੀ ਲੋੜ ਨਹੀਂ ਕਿ ਇੱਥੋਂ ਚੱਕੋ ਅਤੇ ਚੱਕ ਕੇ ਪਾਲੋ ਬਸ ਜੀ। ਹੁੰਦਲ ਜੀ, ਤੁਸੀਂ ਵੀ ਜ਼ਿੰਮੇਦਾਰਾਂ ਦੇ ਮੁੰਡੇ ਹੋ, ਕੀ ਕਹਿਣਾ ਚਾਹੋਗੇ ਕਿ ਅੱਜ ਸਾਡਾ ਜਿਹੜਾ ਪੰਜਾਬ ਆ ਵਿਹਲਾ ਹੋ ਰਿਹਾ, ਅਗਰ ਪੰਜਾਬ ਦੇ ਬੱਚੇ ਤੁਸੀਂ ਆਪਣਾ ਇਹ ਟਰਾਈ ਕੀਤੀ ਔਰ ਇਹਦੇ 'ਚ ਤੁਸੀਂ ਇੰਨੇ ਸਕਸੈਸਫੁਲ ਹੋ ਗਏ ਕਿ ਅੱਜ ਮੇਰਾ ਖਿਆਲ ਆ ਕਿ ਪੰਜਾਬ ਦਾ ਨੰਬਰ 1 ਇਹ ਸਾਈਲੇਜ ਦਾ ਪਲਾਟ ਬਣ ਚੁੱਕਿਆ ਹੈਗਾ, ਕੀ ਕਹਿਣਾ ਚਾਹੋਗੇ ਕਿ ਅੱਜ ਨੌਜਵਾਨ ਅਗਰ ਉਪਰਾਲੇ ਕਰਨ ਇੱਧਰ ਹੀ ਆਪਦੇ ਟੈਲੈਂਟ ਨੂੰ ਯੂਜ਼ ਕਰਨ, ਜਿੱਦਾਂ ਤੁਸੀਂ ਔਨਲਾਈਨ ਚੀਜ਼ਾਂ ਇੰਸਟਾ ਯੇ ਵੋ ਬਾਹਰਲੇ ਤਰਜ ਦੇ ਉੱਪਰ ਚੀਜ਼ਾਂ ਨੂੰ ਅਟੈਚ ਕਰਕੇ ਆਪਣੇ ਸਾਈਲੇਜ ਪਲਾਟ ਨੂੰ ਅੱਗੇ ਲੈ ਕੇ ਜਾ ਰਹੇ ਹੋ? ਭਾਅ ਜੀ, ਸਮੱਸਿਆ ਪਤਾ ਕੀ ਹੈ ਜੀ, ਸਭ ਤੋਂ ਮੇਨ ਗੱਲ ਆ ਕਿ ਸਰਕਾਰਾਂ ਦੀ, ਕਿ ਸਰਕਾਰਾਂ ਵਧੀਆ ਹੋਣ ਜੀ ਅਤੇ ਬੱਚੇ ਕਿਉਂ ਬਾਹਰ ਜਾਣ ਜੀ। ਇੱਥੇ ਇੱਕ ਤਾਂ ਸਭ ਤੋਂ ਮੇਨ ਆ ਜੀ, ਜਿਹੜਾ ਨਸ਼ਾ ਵਾ ਬਹੁਤ ਜ਼ਿਆਦਾ ਵੱਧ ਰਿਹਾ, ਹੋਰ ਕੋਈ ਮਾਂ ਪਿਓ ਤਾਂ ਨਹੀਂ ਭੇਜ ਰਹੇ ਕਿ ਕੋਈ ਇੱਥੇ ਕਮਾਈ ਨਹੀਂ ਹੈਗੀ ਜਾਂ ਕੁਛ ਵੀ। ਅਸੀਂ ਵੀ ਕੰਮ ਕਰਦੇ ਹਾਂ ਜੀ, ਪਰ ਇੱਥੇ ਕੀ ਆ, ਹਾਲਾਤ ਬਹੁਤ ਮਾੜੇ ਆ। ਜਾਣ ਦਾ ਮਕਸਦ ਉਹਨਾਂ ਦਾ ਤਾਂ ਹੀ ਹੈ ਜੀ ਬਾਹਰ, ਕਿ ਬਾਹਰ ਜਾ ਕੇ ਭਾਵੇਂ ਕਮਾਈ ਥੋੜ੍ਹੀ ਹੁੰਦੀ ਆ, ਪਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਹੋ ਜਿਹਾ ਇੱਥੇ ਕੰਮ ਕਰ ਲਿਆ ਜੀ, ਬਾਹਰ ਜਾ ਕੇ ਆਪਾਂ ਕਿਸੇ ਦੇ ਅੰਡਰ ਕਰਨਾ? ਤੁਸੀਂ ਇੱਥੇ ਵੇਖੋ ਕਿ ਅਸੀਂ ਕੰਮ ਕਰ ਰਹੇ ਹਾਂ, 80-90 ਬੰਦੇ ਕੰਮ ਕਰ ਰਹੇ ਆ ਜੀ, ਅਸੀਂ ਕਰਾ ਹੀ ਰਹੇ ਹਾਂ ਜੀ, ਕੋਈ ਏਡੀ ਗੱਲ ਨਹੀਂ ਜੀ। ਇੱਥੇ ਵੀ ਆਮਦਨ ਬਹੁਤ ਆ, ਪਰ ਸਰਕਾਰਾਂ ਨੂੰ ਵੀ ਚਾਹੀਦਾ ਕੋਈ ਸਬਸਿਡੀਆਂ ਦੇਣ, ਕੋਈ ਲੋਕਾਂ ਨੂੰ ਇੱਧਰਲੇ ਪਾਸੇ ਲਾਉਣ ਜੀ। ਸਰਕਾਰਾਂ ਤਾਂ ਚੱਲੀ ਉਲਟ ਜਾਂਦੀਆਂ ਜੀ। ਵੀਰ ਜੀ, ਕੋਈ ਵੀ NRI, ਕੋਈ ਵੀ ਰਿਟਾਇਰਡ ਪੁਲਿਸ ਦਾ ਆਫਿਸਰ, ਕੋਈ ਮਿਲਟਰੀ ਦਾ ਆਫਿਸਰ, ਜਾਂ ਉਹ ਬੰਦੇ ਜਿਨ੍ਹਾਂ ਨੇ MBA ਕੀਤੀ ਆ ਔਰ ਚਾਹੁੰਦੇ ਆ ਵੀ ਕੋਈ ਕਿੱਤਾ ਕਰਨਾ, ਕਿਸੇ ਵੀ ਏਰੀਆ 'ਚ ਬੈਠੇ ਹੋਣ, ਚਾਹੇ ਜੰਮੂ ਕਸ਼ਮੀਰ ਹੋਣ ਚਾਹੇ ਪੰਜਾਬ ਹੋਣ, ਅਗਰ ਉਹ ਚਾਹੁਣ ਕਿ ਸਾਈਲੇਜ ਦਾ ਅਸੀਂ ਇੱਕ ਪੁਆਇੰਟ ਕਿ ਤੁਹਾਡੇ ਨਾਲ ਅਟੈਚ ਕਰਨ ਰੇਟਸ ਔਰ ਉਸ ਥਾਂ 'ਤੇ ਬਹਿ ਕੇ ਇਹਦੀ ਮਾਰਕੀਟਿੰਗ ਕਰਨ ਔਰ ਉਹ ਵੇਚਣ ਤੁਹਾਨੂੰ ਕੈਸ਼ ਪੈਸੇ ਦੇ ਕੇ, ਕੀ ਕਹਿਣਾ ਚਾਹੋਗੇ ਕਿ ਕੋਈ ਵੀ ਏਰੀਆ ਦੇ ਵਿੱਚ ਬੰਦੇ ਜਿਹੜੇ ਨਾਲ ਜੁੜ ਸਕਦੇ? ਹਾਂਜੀ ਵੀਰ ਜੀ, ਸਾਡੇ ਨਾਲ ਬਹੁਤ ਡੀਲਰ ਜੁੜੇ ਆ ਜੀ, ਜਿਵੇਂ ਜੰਮੂ 'ਚੋਂ, ਹਰਿਆਣੇ 'ਚੋਂ ਅਤੇ ਇੱਧਰੋਂ ਗੁਜਰਾਤ ਵਗੈਰਾ 'ਚੋਂ, ਉਹ ਅਸੀਂ ਸਾਰਿਆਂ ਨਾਲ ਟਾਈ ਅਪ ਕੀਤਾ ਹੋਇਆ ਜੀ ਕਿ ਇੰਨੀ ਬਿੱਲ ਉਠਾ ਲਓ, ਤੁਹਾਨੂੰ ਕੋਈ ਸਮੱਸਿਆ ਆਉਂਦੀ ਅਸੀਂ ਬੈਠੇ ਹਾਂ ਜੀ। ਇੱਥੇ ਮੇਨ ਸਾਡਾ ਪਲਾਂਟ ਇਹੀ ਹੈ ਜੀ, ਇੱਥੇ ਤਕਰੀਬਨ ਅਸੀਂ 1.5 ਲੱਖ ਗੱਠ ਬਣਾਉਂਦੇ ਹਾਂ ਜੀ, 1.5 ਲੱਖ ਕੁਇੰਟਲ ਜੀ ਤਕਰੀਬਨ।
ਤੇ ਇੱਥੋਂ ਸਾਡਾ ਜੰਮੂ ਵੀ ਜਾਂਦਾ ਜੀ ਜੰਮੂ ਵੀ ਡੀਲਰ ਬੈਠੇ ਆ ਸਾਰੇ ਜਗ੍ਹਾ ਪੰਜਾਬ 'ਚ ਤਕਰੀਬਨ ਜੀ ਰਾਜਸਥਾਨ ਜੰਮੂ ਹਰਿਆਣਾ ਤੇ ਯੂਪੀ ਤਕਰੀਬਨ ਆਪਣਾ ਮਾਲ ਜਾਂਦਾ ਪੰਜਾਬ ਦੇ ਬੰਦੇ ਵੀ ਕੋਈ ਹੁਣ ਜਿਹੜਾ ਦੇ ਦਿਲ 'ਚ ਆਉਂਦਾ ਵੀ ਅਸੀਂ ਵਲਵਾ ਉੱਠਦਾ ਕੋਈ ਗੁਰਦਾਸਪੁਰ ਬੈਠਾ ਕੋਈ ਪਠਾਨਕੋਟ ਬੈਠਾ ਇੱਥੇ ਦੂਰ ਬੈਠੇ ਲੋਕ ਜੇ ਉਹਨਾਂ ਦੇ ਦਿਲ 'ਚ ਆਉਂਦਾ ਕੋਈ ਚੰਡੀਗੜ੍ਹ ਵਾਲੇ ਏਰੀਆ 'ਚ ਬੈਠੇ ਆ ਉਹਨਾਂ ਦਿਲ 'ਚ ਆਉਂਦਾ ਕਿਉਂਕਿ ਉਹ ਚਾਹੁੰਦੇ ਆ ਦੇਖੋ ਇਹ ਜਿਹੜੀ ਚੀਜ਼ ਹੈ ਇੱਕ ਪੋਲੂਸ਼ਨ ਨੂੰ ਰੋਕਣ ਵਾਲੀ ਚੀਜ਼ ਹੈ ਜਿੱਦਾਂ ਆਪਾਂ ਮਰਜ਼ੀ ਕਹੀਏ ਕਿਉਂਕਿ ਲੋਕ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਉਹ ਚਾਹੁੰਦੇ ਕਿ ਪਾਣੀ ਥੱਲੇ ਨਾ ਜਾਵੇ ਝੋਨੇ ਕਣਕ ਦੇ ਚੱਕਰ ਤੋਂ ਦੂਰ ਹੋਈਏ ਔਰ ਇਹ ਦੂਰ ਕਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਰੋਲ ਅਦਾ ਕਰੇਗੀ ਹਾਂਜੀ ਵੀਰ ਜੀ ਪੰਜਾਬ 'ਚ ਵੀ ਅਸੀਂ ਤਕਰੀਬਨ ਆਪਣਾ ਜਾਂਦਾ ਜੀ ਜੇ ਕੋਈ ਆਪਣਾ ਕੋਈ ਲੈਣਾ ਚਾਹੁੰਦਾ ਕੋਈ ਚੱਕਰ ਨਹੀਂ ਜੀ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਅਤੇ ਉਹ 'ਤੇ ਜਦੋਂ ਮਰਜ਼ੀ ਕਾਲ ਕਰਕੇ ਪੰਜਾਬ 'ਚ ਤਾਂ ਤਕਰੀਬਨ ਜਿੱਥੇ ਮਰਜ਼ੀ ਪੰਜਾਬ 'ਚ ਹੋਵੇ ਜੀ ਉੱਥੇ ਹੀ ਆਪਾਂ ਦੇਣ ਦੇ ਔਰ ਗਊਸ਼ਾਲਾ ਵਾਲਿਆਂ ਦੇ ਲਈ ਜਿੱਦਾਂ ਤੁਸੀਂ ਥੋੜ੍ਹਾ ਜਿਹਾ ਹੋਰ ਰਿਲੈਕਸ ਕਰ ਦਿੰਦੇ ਉਹਨਾਂ ਨੂੰ ਕਿ ਕੋਈ ਨਹੀਂ ਉਹ ਬੇਜਾਨ ਪਸ਼ੂਆਂ ਨੇ ਖਾਣਾ ਹੈਗਾ ਅਗਰ ਗਊਸ਼ਾਲਾ ਵਾਲੇ ਵੀ ਜਿਹੜੇ ਮਹਾਂਪੁਰਖ ਚਲਾ ਰਹੇ ਗਊਸ਼ਾਲਾ ਜਾਂ ਜਿਹੜੀਆਂ ਲੋਕਲ ਕਮੇਟੀਆਂ ਚਲਾ ਰਹੀਆਂ ਉਹ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਹਾਂਜੀ ਹਾਂਜੀ ਉਹ ਵੀ ਕਰ ਸਕਦੇ ਜੀ ਕੋਈ ਸਮੱਸਿਆ ਨਹੀਂ ਜੀ ਆਪਾਂ ਨੂੰ ਉਹਨਾਂ ਨੂੰ ਵੀ ਜੇ ਉਹ ਸੇਵਾ ਕਰਦੇ ਜੀ ਉਹ ਵੀ ਇੱਕ ਉਹਨਾਂ ਨੂੰ ਉਸ ਰੇਟ 'ਤੇ ਦੇ ਦੇਈਦਾ ਜੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਸਾਰੇ ਜਗ੍ਹਾ ਦੇਈਦੀ ਆ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਇਹ ਬੂਟਾ ਜਿਹੜਾ ਸਾਰੇ ਭਰਾਵਾਂ ਨੇ ਮਿਲ ਕੇ ਔਰ ਖੁਸ਼ਬੂ ਜਿਹੜੀ ਹੈਗੀ ਆ ਇਹਦੀ ਫੈਲ ਰਹੀ ਹੈਗੀ ਆ 5 ਸਾਲ ਹੋ ਗਏ ਆ ਔਰ ਜਿੱਦਾਂ ਉਸ ਟਾਈਮ ਦੇ ਉੱਪਰ ਜਦੋਂ ਫਲੱਡ ਦੇ ਵਿੱਚ ਬੰਦੇ ਆਪਦਿਆਂ ਨੂੰ ਪਹਿਚਾਣੋਂ ਹਟ ਗਏ ਸੀਗੇ ਉਸ ਟਾਈਮ 'ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਇੱਕ ਐਸੀ ਸੰਸਥਾ ਸਰਮੋਰ ਜਿਹਨੇ ਅੱਜ ਵਿੱਦਿਆ ਦਾ ਦਾਨ ਸਾਰੇ ਪੰਜਾਬ 'ਚ ਫੈਲਾਇਆ ਧਾਰਮਿਕ ਵਾਈਬ੍ਰੇਸ਼ਨਾਂ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜੋੜਿਆ ਹੈਗਾ ਔਰ ਉਹਨੇ ਇੰਨਾ ਕੁ ਉਪਰਾਲਾ ਕੀਤਾ ਕਿ ਹਰੇਕ ਉਹਨਾਂ ਲੋੜਵੰਦ ਲੋਕਾਂ ਨੂੰ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹ ਮੁਹੱਈਆ ਕਰਾਈਏ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਵੀਰ ਜੋ ਇਹ ਚੈਨਲ ਦੇਖਦੇ ਪਏ ਆ ਜੋ ਤੁਹਾਡੇ ਚੈਨਲ ਨਾਲ ਜੁੜੇ ਆ ਜੋ ਇਹ ਉਪਰਾਲਾ ਸਾਡਾ ਅਸੀਂ ਕਰਦੇ ਪਏ ਹਾਂ ਇਹ ਪਹਿਲਾਂ ਮੁੱਖ ਅਸੀਂ ਜੋ ਸਾਡੇ ਫਾਦਰ ਸਾਹਿਬ ਨੇ ਸਰਪੰਚ ਵੀ ਰਹੇ ਪਿੰਡ ਦੇ 10 ਸਾਲ ਸਰਪੰਚ ਰਹੇ ਨੇ ਉਹਨਾਂ ਨੇ ਮੁੱਖ ਵੇਖਿਆ ਕਿ ਸਾਡੇ ਇੱਥੇ ਜੋ ਲੇਬਰ ਸਾਡੀ ਆਪਦੀ ਲੇਬਰ ਆ ਘੱਟ ਤੋਂ ਘੱਟ ਸਾਡੇ ਘਰ ਇੱਥੇ 150 ਬੰਦਾ ਲੇਬਰ ਦਾ ਜੋ ਕੰਮ ਕਰਦਾ ਹੈ ਛਮਾਹੀ ਦੇ ਵਿੱਚ ਇੱਕ ਤਾਂ ਉਹਨੂੰ ਰੁਜ਼ਗਾਰ ਮਿਲਿਆ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲਿਆ ਇੱਕ ਨੰਬਰ 2 ਤੇ ਜਿੰਨੇ ਵੀ ਇੱਥੇ ਸਾਡੇ ਥੱਲੇ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਰੁਜ਼ਗਾਰ ਮਿਲਿਆ ਇਹ ਨਹੀਂ ਜ਼ਰੂਰੀ ਕਿ ਆਪਾਂ ਬਾਹਰ ਜਾ ਕੇ ਕੰਮ ਕਰਨਾ ਕੰਮ ਕਰਨਾ ਆਪਣੇ ਮਨ ਵਿੱਚ ਹੈਗਾ ਆਪਾਂ ਕੰਮ ਕਰਨਾ ਕੋਈ ਕਿੱਤਾ ਚਲਾਉਣਾ ਆਪਾਂ ਇੱਥੇ ਬੈਠੇ ਵੀ ਚਲਾ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਫਲੱਡ ਦੀ ਗੱਲ ਕੀਤੀ ਆ ਉਹ ਜੋ ਪਰਮਾਤਮਾ ਨੇ ਕੀਤਾ ਵਿਆ ਉਦੋਂ ਸਾਰਿਆਂ ਦਾ ਪੱਠਾ ਖਰਾਬ ਹੋ ਗਿਆ ਇੱਥੇ ਬਹੁਤ ਸੰਸਥਾ ਆਈਆਂ ਅਸੀਂ ਨੋ ਪ੍ਰੋਫਿਟ ਨੋ ਲੋਸ 'ਤੇ ਉਹਨਾਂ ਦੀ ਜਿੰਨੀ ਹੋਈ ਮਦਦ ਕੀਤੀ ਆ ਪਰ ਇਸੇ ਆਚਾਰ ਨੇ ਉਹਨਾਂ ਦੀ ਬਾਂਹ ਫੜੀ ਅਤੇ ਉਹਨਾਂ ਦੇ ਪਸ਼ੂ ਜਿਹੜੇ ਉਹ ਬੰਨੇ ਲਾਏ ਸੀ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਤੁਸੀਂ ਮਿਹਨਤ ਕਰਦੇ ਹੋ ਕ੍ਰੀਏਟਿਵ ਬੱਚਾ ਭਰਾ ਜਿਹੜਾ ਕਿ ਨਵੀਆਂ ਨਵੀਆਂ ਚੀਜ਼ਾਂ ਕੱਢਦਾ ਕੀ ਕਹਿਣਾ ਚਾਹੋਗੇ ਕਿ ਸਮੇਲ ਹੀ ਹੋਣਾ ਚਾਹੀਦਾ ਹਰ ਘਰ ਦੇ ਵਿੱਚ ਹੀ ਇੱਦਾਂ ਭਰਾਵਾਂ ਨੂੰ ਆਪਸ ਦੇ ਵਿੱਚ ਮਿਲ ਕੇ ਇੱਕ ਦੂਜੇ ਦੀ ਰਿਸਪੈਕਟ ਕਰਕੇ ਵੀਰ ਜੀ ਨੇ ਕਿਹਾ ਤੁਸੀਂ ਆਓ ਤੁਸੀਂ ਕਹਿੰਦੇ ਨਹੀਂ ਮੇਰਾ ਛੋਟਾ ਸੋਹਣਾ ਵੀਰਾ ਮੇਰਾ ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜਾ ਹੈਗਾ ਅੱਜ ਮਿਲਾਪਦਾਈ ਜ਼ਿੰਦਗੀ ਹੈਗੀ ਆ ਰਲ ਮਿਲ ਕੇ ਰਹੋ ਜ਼ਿੰਦਗੀ ਦੇ ਵਿੱਚ ਖੁਸ਼ਬੂਆਂ ਲਓ ਔਰ ਅੱਗੇ ਵਧੋ ਵੀਰ ਜੀ ਇਹੀ ਗੱਲ ਤਾਂ ਹੁਣ ਘਾਟ ਆਉਂਦੀ ਪਈ ਹੈ ਦਿਨੋ ਦਿਨ ਕੀ ਚੱਕਰ ਹੈ ਕਿ ਲੋਕਾਂ ਵਿੱਚ ਇੱਕ ਤਾਂ ਹੰਕਾਰ ਈਗੋ ਬਹੁਤ ਜ਼ਿਆਦਾ ਆ ਹਰ ਇੱਕ ਬੱਚੇ ਨੂੰ ਇਹਦਾ ਮੈਂ ਇਸ ਤੋਂ ਅੱਗੇ ਜਾਵਾਂ ਮੈਂ ਇਸ ਤੋਂ ਅੱਗੇ ਜਾਵਾਂ ਪਰ ਸਾਡੇ ਘਰ ਵਿੱਚ ਇਹ ਗੱਲ ਆ ਕਿ ਅਸੀਂ ਹਰ ਇੱਕ ਨੂੰ ਅਹਿਮੀਅਤ ਦਿੰਦੇ ਹਾਂ ਜਿਸ ਤਰ੍ਹਾਂ ਵੀਰ ਜੀ ਨੇ ਅਸੀਂ ਸਾਰਾ ਕੁਛ ਇਹਨਾਂ ਤੋਂ ਮਤਲਬ ਪੁੱਛਦੇ ਦੱਸਦੇ ਇਹਨਾਂ ਦੇ ਆਪ ਹਿਸਾਬ ਨਾਲ ਅਸੀਂ ਚੱਲਦੇ ਹਾਂ ਇਹ ਨਹੀਂ ਜ਼ਰੂਰੀ ਹੁੰਦਾ ਕਿ ਮੈਂ ਗੱਲ ਕਰੂੰਗਾ ਮੈਂ ਵੱਡਾ ਹੋ ਜਾਊਂਗਾ ਜੇਕਰ ਇਹ ਸਾਡਾ ਬਿਜ਼ਨਸ ਸਾਰਾ ਚੱਲਦਾ ਹੈ ਤਾਂ ਸਾਰਿਆਂ ਦੀ ਇੱਜ਼ਤ ਬਣਦੀ ਆ ਪਰ ਇਕੱਠ ਨਾਲ ਦੀ ਕੋਈ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਜੇ ਘਰ ਵਿੱਚ ਇਤਫਾਕ ਹੈਗਾ ਤਾਂ ਆਪਾਂ ਕੁਛ ਵੀ ਕਰ ਸਕਦੇ ਮੈਂ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਹੁੰਦਲ ਸਾਈਲੇਜ਼ ਕੰਪਨੀ ਮਸ਼ਹੂਰ ਹੈਗੀ ਆ ਉਹਦੀ ਕੁਆਲਿਟੀ ਲਈ ਅਤੇ ਸਾਈਲੇਜ਼ ਲਈ ਤੁਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਅਸੀਂ ਕਿੱਦਾਂ ਦਾ ਕੰਮ ਕਰਦੇ ਹਾਂ ਅਤੇ ਕਿੱਦਾਂ ਦੀ ਕੁਆਲਿਟੀ ਵੇਚਦੇ ਹਾਂ ਜਿਵੇਂ ਸਾਡੇ ਕੋਲ ਸਟਾਕ ਪਿਆ ਹੈਗਾ ਅਸੀਂ ਨੈਸ਼ਨਲ ਪੰਜਾਬ ਲੈਵਲ 'ਤੇ ਔਰ ਥੋੜ੍ਹਾ ਸਾ ਆਊਟ ਆਫ ਸਟੇਟ ਵੀ ਸਪਲਾਈ ਕਰਦੇ ਹਾਂ ਅਤੇ ਜਿਹੜਾ ਮਟੀਰੀਅਲ ਹੈਗਾ ਕਾਫੀ ਵਧੀਆ ਕੁਆਲਿਟੀ ਦਾ ਹੁੰਦਾ ਜਿਨ੍ਹਾਂ ਨੂੰ ਕਿ ਪਸ਼ੂ ਵਗੈਰਾ ਕਾਫੀ ਚਾਹ ਕੇ ਖਾਂਦੇ ਆ ਅਤੇ ਕਾਫੀ ਜ਼ਿੰਮੇਦਾਰ ਜਿਹੜੇ ਲੋਕਲ ਹੈਗੇ ਆ ਔਰ ਜੋ ਗਰਾਊਂਡ ਲੈਵਲ 'ਤੇ ਹੁੰਦੇ ਆ ਉਹ ਜੋ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਕੰਮ ਕਰਨ ਵਾਸਤੇ ਵੀ ਓਪਰਚੁਨਿਟੀ ਦਿੰਦੇ ਆ ਜਿਵੇਂ ਕਿ ਅੱਗੇ ਤੋਂ ਮੇਰਾ ਭਰਾ ਦੱਸ ਕੇ ਹਟਿਆ ਗੁਰਬੀਰ ਸਿੰਘ ਉਹ ਜੇ ਕਿਸੇ ਵੀਰ ਨੂੰ ਲੋੜ ਹੁੰਦੀ ਆ ਉਹ ਆਪ ਕਾਲ ਕਰ ਲੈਂਦੇ ਆ ਅਤੇ ਕਾਲ ਦੇ ਉੱਤੇ ਉਹਨਾਂ ਨੂੰ ਐਕਸਪਲੇਨ ਵੀ ਕਰਦੇ ਆ ਵੀ ਜੇ ਕੋਈ ਆਪਦਾ ਕੰਮ ਸਟਾਰਟ ਕਰਨਾ ਚਾਹੁੰਦਾ ਛੋਟੇ ਲੈਵਲ 'ਤੇ ਅਤੇ ਉਹਨਾਂ ਨੂੰ ਪੂਰੀ ਹੈਲਪ ਕਰਦੇ ਆ ਮੇਰਾ ਵੀਰ ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕਾਰੋਬਾਰ ਕੀ ਰਹੇ ਹੋ ਅੱਜ ਜਿਵੇਂ ਸਟਾਕ ਪਿਆ ਹੈਗਾ ਏ ਇਸ ਆਇਲੇ ਦਾ ਅਤੇ ਇਹ ਜਿਵੇਂ ਜਿਵੇਂ ਲੋੜਵੰਦ ਨੂੰ ਕਿਸੇ ਨੂੰ ਵੀ ਲੋੜ ਹੁੰਦੀ ਆ ਉਹ ਇੱਥੋਂ ਲੈ ਜਾਂਦਾ ਹੈਗਾ ਅਤੇ ਜਾਇਜ਼ ਰੇਟਾਂ 'ਤੇ ਮਿਲਦਾ ਏ ਕਿਉਂਕਿ ਆਸੇ ਪਾਸੇ ਦੇ ਜਿਹੜੇ ਲੋਕ ਹੈਗੇ ਆ ਉਹ ਕਾਫੀ ਐਕਸਪੈਂਸਿਵ ਰੇਟ 'ਤੇ ਸਾਈਲੇਜ ਵੇਚਦੇ ਆ ਕਾਫੀ ਲੋਅ ਰੇਟ ਹੁੰਦੇ ਆ ਅਤੇ ਇਹਨਾਂ ਦੇ ਨਾਲ ਕੀ ਹੈਗਾ ਵੀ ਨਾਲੇ ਤਾਂ ਹਰੇਕ ਨੂੰ ਆਸਾਨੀ ਨਾਲ ਹੋ ਜਾਂਦੀ ਹੈ ਇੱਥੇ ਜਿਹੜੇ ਲੋਕਲ ਛੋਟੇ ਜ਼ਿਮੀਂਦਾਰ ਹੈਗੇ ਉਹਨਾਂ ਨੂੰ ਬਹੁਤ ਫਾਇਦਾ ਹੈਗਾ ਵੱਡੇ ਲੈਵਲ 'ਤੇ ਤਾਂ ਲੋਕ ਫਾਰਮ ਜਿਵੇਂ ਜਿਨ੍ਹਾਂ ਦੇ ਕਾਫੀ ਪਸ਼ੂ ਰੱਖੇ ਹੈਗੇ ਆ ਉਹਨਾਂ ਨੂੰ ਮਤਲਬ ਜ਼ਿਆਦਾ ਬੈਨੀਫਿਸ਼ਲ ਹੈਗਾ ਇਸ ਚਾਰ ਦਾ ਅਤੇ ਛੋਟੇ ਜਿਨ੍ਹਾਂ ਕੋਲ ਇੱਕ ਤੋਂ ਦੋ ਪਸ਼ੂ ਹੈਗੇ ਆ ਉਹ
ਬੈਨੀਫਿਸ਼ੀਅਲ ਹੈਗੀ। ਜਾਣਦੇ ਹੀ ਹਾਂ ਵੀ ਹੁੰਦਲੈਂਡ ਸਾਇਲੇਜ ਕੰਪਨੀ ਪੋਟੈਟੋ ਸੀਡ ਅਤੇ ਸਾਇਲੇਜ ਦੇ ਲਈ ਮਸ਼ਹੂਰ ਹੈਗੀ ਆ। ਜਿਵੇਂ ਤੁਸੀਂ ਸਟੋਕ ਦੇਖਦੇ ਹੋ ਹੁਣ ਜਿਵੇਂ ਕਿ ਆਲੂ ਦੀ ਬਿਜਾਈ ਚੱਲਦੀ ਪਈ ਹੈ ਅਤੇ ਪਹਿਲਾਂ ਹੀ ਸਾਡੀ ਦਵਾਈ ਵਗੈਰਾ ਲਾ ਕੇ ਰੱਖੀ ਹੋਈ ਹੈ, ਵੱਖੋ ਵੱਖਰੀ ਕੈਟਾਗਰੀ ਦਾ ਵੀ ਪਿਆ ਅਤੇ ਕਾਫੀ ਲੋਕ ਇੱਥੋਂ ਲੈ ਕੇ ਵੀ ਜਾਂਦੇ ਆ। ਜਿਵੇਂ ਬਾਕੀ ਤੁਹਾਨੂੰ ਗੁਰਜੀਤ ਜੀ ਐਕਸਪਲੇਨ ਕਰ ਦੇਣਗੇ ਕਿਵੇਂ ਕਰਦੇ ਹਨ। ਇਹ ਵੀਰ ਜੀ ਵੱਖੋ ਵੱਖ ਵੀ ਪਿਆ, ਜਿਵੇਂ ਮੰਨ ਲਓ ਕਿ ਦੂਜਾ ਐੱਲ ਆਰ ਆ ਵੱਖਰਾ, ਦੂਜਾ ਡਾਇਮੰਡ ਵੱਖਰਾ, G1 G2 ਇਵੇਂ ਕਰਕੇ ਵਰਾਇਟੀਆਂ ਵੱਖੋ ਵੱਖ ਪਈਆਂ। ਚਾਰ ਮਸ਼ੀਨਾਂ ਹੈਗੀਆਂ ਸਾਇਲੇ ਦੀਆਂ, ਜੋ ਗੱਠ ਜਿਹੜੀ ਹੈਗੀ ਆ ਇੱਕ ਕੁਇੰਟਲ ਦੀ ਵੀ ਬਣਾਉਂਦੀ ਹੈ, 70 ਕਿਲੋ ਦੀ ਵੀ ਬਣਾਉਂਦੀ ਹੈ, ਅਤੇ ਜੇ ਕਿਸੇ ਨੂੰ ਉਸ ਤੋਂ ਘੱਟ ਦੀ ਚਾਹੀਦੀ ਆ ਉਸ ਹਿਸਾਬ ਨਾਲ ਪੈਕਿੰਗ ਕਰ ਦੇਈਦੀ ਆ। ਅਤੇ ਬਾਕੀ ਸਾਡਾ ਸਾਇਲੇ ਕਾਫੀ ਮਸ਼ਹੂਰ ਹੈਗਾ ਆਸੇ ਪਾਸੇ ਦੇ ਪਿੰਡਾਂ 'ਚ ਵੀ ਅਤੇ ਹੋਰ ਸਟੇਟਾਂ ਦੇ ਵਿੱਚ ਵੀ, ਕਾਫੀ ਲੋਕ ਪਸੰਦ ਵੀ ਕਰਦੇ ਆ ਜਦੋਂ ਕਿ ਉਹਨਾਂ ਦੇ ਪਸ਼ੂ ਚਾਹ ਕੇ ਖਾਂਦੇ ਆ ਸਾਰੇ ਚਾਰੇ ਨੂੰ, ਅਤੇ ਦੁੱਧ ਦੇ ਵਿੱਚ ਵੀ ਕਾਫੀ ਇਨਕਰੀਜ਼ਮੈਂਟ ਮਿਲਦੀ ਹੈ ਤਾਂ ਕਰਕੇ ਲੋਕ ਇਹਨੂੰ ਚਾਹ ਕੇ ਲੈ ਕੇ ਜਾਂਦੇ ਆ। ਬਾਕੀ ਜਿੱਦਾਂ ਕਿਸੇ ਲੋੜਵੰਦ ਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਹੁੰਦੀ ਆ, ਉਹ ਮੇਰਾ ਬ੍ਰਦਰ ਜੋ ਗੁਰਬੀਰ ਸਿੰਘ ਹੈਗਾ ਉਹ ਐਕਸਪਲੇਨ ਕਰ ਦਿੰਦਾ। ਕਈ ਵਾਰੀ ਉਹਨਾਂ ਨੂੰ ਕਾਲ ਕਰ ਲੈਂਦੇ ਜੇ ਕੋਈ ਛੋਟਾ ਜ਼ਿਮੀਂਦਾਰ ਆਪਦੀ ਮਤਲਬ ਆਲੂ ਦੀ ਜਾਂ ਸਾਇਲੇ ਦੀ ਖੇਤੀ ਕਰਨਾ ਚਾਹੁੰਦਾ, ਉਹਦੇ ਨਾਲ ਗੱਲ ਕਰਕੇ ਉਹ ਸਾਰਾ ਕੁਛ ਉਹਨਾਂ ਨੂੰ ਐਕਸਪਲੇਨ ਕਰ ਦਿੰਦਾ ਅਤੇ ਉਹ ਪੂਰੀ ਹੈਲਪ ਕਰਦੇ ਉਹਨਾਂ ਦੀ। ਕਿਉਂਕਿ ਇਹ ਨਹੀਂ ਹੈਗਾ ਗਾ ਵੀ ਜੇ ਕਿਸੇ ਬੰਦੇ ਨੇ ਆਪ ਕਾਮਯਾਬ ਹੋਣਾ ਤਾਂ ਗਾਂਹ ਨਹੀਂ ਕਿਸੇ ਦੀ ਕਾਮਯਾਬੀ ਲਈ ਹੈਲਪ ਨਹੀਂ ਕਰਦੇ, ਉਹ ਬਾਕੀ ਪੂਰੇ ਸਪੋਰਟਿਵ ਹੈਗੇ ਆ। ਵਧੀਆ ਗੱਲ ਆ ਉਹਨਾਂ ਦੀ।